अमृतसर अटारी रेलवे स्टेशन के नज़दीक खासा रेलवे लाइन के कोल GRP नूं एक सिर कटी लाश बरामद हुई है। नौजवान के हाथ अते पैर भी कटे हुए ने। पुलिस ने अज्ञात लोगों के खिलाफ हत्या का मामला दर्ज कर लिया है। पुलिस नूं ये लाश सवेरे 8:30 बजे के करीब बरामद हुई है। फिलहाल पुलिस ने लाश को कब्जे में लैके 72 घंटे के लिए डेड हाउस में रखवा दिता है। मृतक के कोलों पुलिस को एक वोटर कार्ड भी बरामद होया है, जिसते उसकी पछाण कुलवंत सिंह निवासी गांव गोबरा डाकखाना बाजपुर तहसील बाजपुर जिला उधम सिंह नगर के रूप में हुई है। हाँ स्वर्ण कौर, हाँ जी की गल है? हाँ इत्थे आया काम करन ते ना मुड़ के जींदा किया ते ना साडा कोई पता सुर लग्या ते खत्म होया वट्टिया सानू आउण पुलिस वाले ने फोन किया। कौन है तुहाडे? हाँ साडे घर वाला मेरा। ਕਿੰਨੇ ਤੋਂ ਗਏ ਤੁਹਾਡੇ ਘਰ ਵਾਲਾ? ਸਾਲ ਹੋ ਗਿਆ ਹੈ, ਸਾਲ ਹੋ ਗਿਆ ਵਾਪਸ। ਕਿੱਥੋਂ ਦੇ ਰਹਿਣ ਵਾਲੇ ਜੀ? ਅਸੀਂ ਉਦੋਂ ਤਰਾਂ ਚੱਲਦੇ ਜੀ, ਬਾਜਪੁਰ ਸਾਡਾ ਉੱਥੇ ਘਰ ਹੈ। ਕਿੰਨੇ ਬੱਚੇ ਤੁਹਾਡੇ? 4 ਬੱਚੇ ਹਨ ਜੀ, 2 ਦੀ ਸ਼ਾਦੀ ਕਰ ਲਈ ਹੈ, 2 ਰਹਿ ਗਣਾ ਜੇ ਸ਼ਾਦੀ। ਇੱਕ ਮੁੰਡਾ ਨਾਲ ਆਇਆ, ਇੱਕ ਕੁੜੀ ਆਈ, ਇੱਕ ਮੁੰਡਾ ਕੁੜੀ ਕਰ ਰਹੇ ਹਨ। ਸਾਡੀ ਕੋਈ ਕਰਦੇ ਜੇ ਤੁਸੀਂ ਮੰਗ ਕਰਨੇ ਆ? ਸਾਡੀ ਕੋਈ ਸੁਣਾਈ ਨਹੀਂ ਆਉਂਦੀ ਪਈ, ਕੋਈ ਸਾਨੂੰ ਲੱਭ ਕੇ ਨਹੀਂ ਦਿੰਦਾ ਵੀ ਅਸੀਂ ਇੰਨੀ ਦੂਰੋਂ ਆਏ ਹਾਂ। ਮੰਗ ਪਿੰਨ ਕੇ ਅਸੀਂ ਕਿਰਾਇਆ ਭਰ ਕੇ ਬੜੇ ਔਖੇ ਆਏ ਹਾਂ, ਇੱਥੇ ਰਾਤ ਨੂੰ ਪਹੁੰਚੇ ਹਾਂ। ਹੁਣ ਸਾਡੀ ਕੋਈ ਗੱਲ ਹੀ ਨਹੀਂ ਇੱਥੇ ਬਣਦੀ ਵੀ ਕਦੀ ਉੱਧਰ ਚਲੇ ਜਾਂਦੇ ਹਾਂ ਕਦੀ ਇੱਧਰ ਚਲੇ ਜਾਂਦੇ ਹਾਂ। ਸਾਡੇ ਤਾਂ ਸੁਣਾਈ ਆਉਣੀ ਚਾਹੀਦੀ, ਨਹੀਂ ਤਾਂ ਫਿਰ ਮੈਂ ਤਾਂ ਚਾਮਣੀ ਨਹੀਂ, ਬੋਡੀ ਨਹੀਂ, ਬਿਲਕੁਲ ਨਹੀਂ ਚਾਮਣੀ। ਮੇਰਾ ਦਿਮਾਗ ਬੜਾ ਖਰਾਬ ਕਰ ਦਿੱਤਾ ਸਾਰਿਆਂ ਨੇ। ਮੈਂ ਸਵੇਰੇ ਦੀ ਕਦੀ ਇੱਧੇ ਪਾ ਜੇ ਕਦੀ ਇੱਧੇ ਪਾ ਜੇ, ਸਾਡੀ ਕੋਈ ਸੁਣਾਈ ਨਹੀਂ ਆਉਂਦੀ ਪਈ ਇੱਥੇ। ਮਾਮਲਾ ਇੱਕ ਤਾਂ ਨਾ ਕੱਲ੍ਹ 29/10/2020 ਨੂੰ SI ਸੁਖਵਿੰਦਰ ਸਿੰਘ PCB ਟਾਰੀ ਨੇ ਵਧੀਆ ਮੋਬਾਈਲ ਫੋਨ ਮੈਨੂੰ ਜਾਣੂ ਕਰਵਾਇਆ ਸੀ ਕਿ ਇੱਕ ਡੈੱਡ ਬੋਡੀ ਆ ਜਿਹੜੀ, ਉਹ ਡੈੱਡ ਬੋਡੀ ਬਾਰੇ SMO ਰੇਲਵੇ ਸਟੇਸ਼ਨ ਅਟਾਰੀ ਨੇ ਮੇਮੋ ਦਿੱਤੀ ਆ ਵੀ ਕਿਲੋਮੀਟਰ ਨੰਬਰ 527-89 'ਤੇ ਇੱਕ ਡੈੱਡ ਬੋਡੀ ਪਰਾਲੀ ਦੇ ਲਾਗੇ ਪਈ ਆ। ਇਸ ਇਤਲਾਹ 'ਤੇ ਮੈਂ ਮੌਕੇ 'ਤੇ ਪੁੱਜਾ ਸੀਗਾ, ਜਾ ਕੇ ਆਪਣੇ ਇਨਵੈਸਟੀਗੇਸ਼ਨ ਟੀਮ ਨੂੰ ਬੁਲਾਇਆ। ਡੈੱਡ ਬੋਡੀ ਜਾ ਕੇ ਦੇਖੀ, ਉਹਦੀ ਗਰਦਨ ਕੱਟੀ ਹੋਈ ਸੀ ਆਲਰੇਡੀ, ਅਤੇ ਹੱਥ ਪੈਰ ਵੀ ਜਿਹੜੇ ਉਹ ਕੱਟੇ ਹੋਏ ਸੀ। ਗਰਦਨ ਵਾਲੀ ਥਾਂ 'ਤੇ ਕੀੜੇ ਪਏ ਹੋਏ ਸੀ, ਜਿੱਥੋਂ ਸਾਫ ਜ਼ਾਹਰ ਹੋ ਰਿਹਾ ਸੀ ਵੀ ਇਹ ਡੈੱਡ ਬੋਡੀ ਬਾਹਰੋਂ ਲਿਆ ਕੇ ਕਿਸੇ ਨੇ ਕਤਲ ਕਰਕੇ ਅਤੇ ਇੱਥੇ ਜਿਹੜੀ ਆ ਸੁੱਟੀ ਹੋਈ ਸੀ। ਅਤੇ ਉਹਦੇ ਰਿਗਾਰਡਿੰਗ ਇਹ FIR ਨੰਬਰ ਜਿਹੜੀ ਆ 69 ਹੈ, ਕੱਲ੍ਹ 302-201-34 IPC ਦਰਜ ਕਰ ਲਈ। ਸਰ ਕਿੱਥੋਂ ਦਾ ਮਾਮਲਾ ਹੈ, ਇਹਦੇ ਕੁਛ ਨਜ਼ਰ ਹੋ ਚੁੱਕੀ ਬੰਦੇ ਦੀ? ਕਿੱਥੋਂ ਦਾ ਬੰਦੇ ਦੀ ਸ਼ਨਾਖਤ ਹੋ ਗਈ ਹੈ? ਇਹਦਾ ਨਾਂ ਕੁਲਵੰਤ ਸਿੰਘ, ਸਨ ਆਫ ਪ੍ਰੀਤਮ ਸਿੰਘ, RO ਗੋਬਰਾ ਅਤੇ ਉਧਮਪੁਰ ਦਾ ਐਡਰੈਸ ਮਿਲਿਆ ਇਹਦਾ। ਕੋਈ ਆਰੋਪੀ ਫੜਿਆ ਗਿਆ? ਨਹੀਂ, ਅਜੇ ਆਰੋਪੀ ਵਾਲੇ ਲੱਗੇ ਹੋਏ ਸੀ। ਕੋਈ CCTV ਆਈ ਸਾਹਮਣੇ? ਕਰ ਰਹੇ ਕਰ ਰਹੇ ਸੀ, ਨੇੜੇ CC ਕੈਮਰੇ ਲੱਗੇ ਆ, ਕਾਫੀ ਬੰਦੇ ਬੈਠੇ ਹੋਏ ਸਾਡੇ, ਵੈਰੀਫਾਈ ਕਰ ਰਹੇ ਸੀ ਸਾਰਾ। ਅਟਾਰੀ ਬਾਰਡਰ ਤੋਂ ਮਿਲੀ? ਅਟਾਰੀ ਨਹੀਂ, ਖਾਸਾ, ਅਟਾਰੀ ਅਤੇ ਖਾਸੇ ਦੇ ਵਿਚਾਲੇ ਨਾ ਰੇਲਵੇ ਟਰੈਕ ਤੋਂ ਮਿਲੀ ਆ। ਹਾਂਜੀ ਹਾਂਜੀ। ਕਿੱਥੇ ਕਿੱਥੇ ਟੱਕ ਲੱਗੇ ਹੋਏ ਆ? ਟੱਕ ਗਰਦਨ ਕੱਟੀ ਹੋਈ ਆ, ਅਤੇ ਹੱਥ ਪੈਰ ਜਿਹੜੇ ਉਹ 4 ਹੱਥ ਵੀ ਕੱਟੇ ਹੋਏ ਅਤੇ ਪੈਰ ਵੀ ਕੱਟੇ ਹੋਏ। ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ? ਹੁਣ ਤੱਕ ਅਸੀਂ FIR ਦਰਜ ਕਰ ਲਈ ਆ, ਹੁਣ ਕੈਮਰੇ ਵੇਖ ਰਹੇ ਸੀ ਸਾਰੇ। ਇਹਦਾ ਲੱਗਦਾ ਕਤਲ ਦਾ ਮਾਮਲਾ ਪੂਰਾ? ਕਤਲ ਆ ਜੀ, ਪੂਰਾ ਕਲੀਅਰ ਕਤਲ ਆ, ਕੋਈ ਚੱਕ ਨਹੀਂ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, 2 ਸਕੂਪ।